सलाम सिस्टर। सलाम जी, कहाँ से आप आई हैं? फतेहपुर। क्या नाम है आपका? कैथरीन। जी माँ जी, आपकी क्या गवाही है? मैनू 21-22 साल हो गए हैं तवीज़ा दा नूं कसी, फिर उस तो बाद मैनू ना सांस की बीमारी लग गई, फिर भाई अनवर फजल दुआ करते होंगे सन तो मैं पानी तेल वरती रही सा, तो खुदा ने मैनू शफा दी। प्रेज द लॉर्ड। 20 साल से आप बदरूहों में जकड़ी भी थी और 20 साल के बाद आपको किसने रिहाई दी? यसु ने। आपने सिर्फ तेल और पानी का इस्तेमाल किया? हाँ जी हाँ जी। जब खुदा के खादिम पास्टर ने फजल दुआ करे थे तब आपने उस पानी पे दुआ की और उसको इस्तेमाल करना शुरू किया? ਤੁਸੀਂ ਵੀ ਦੁਆ ਕਰਦੇ ਹੁੰਦੇ ਸੋ ਤਾਂ ਮੈਂ ਪਾਣੀ ਤੇਲ ਇਸਤੇਮਾਲ ਕਰਦੀ ਰਹੀ ਜੇ। ਸ਼ਿਫਾ ਕਿਸਨੇ ਦੀ? ਯਸੂ ਮੇਰੇ ਨਾਲ। ਖੁਦਾਮਦ ਆਪਕੋ ਬਰਕਤ ਦੇ, ਗੋਡ ਬਲੈਸ ਯੂ। ਸਲਾਮ ਜੀ। ਸਲਾਮ ਜੀ, ਕਹਾਂ ਸੇ ਆਪ ਆਏਂਗੇ? ਮਨਾਲ ਪਟਿਆਲੇ। ਕੀ ਨਾਮ ਹੈ ਆਪਕਾ? ਜਰੀਨਾ। ਜਰੀਨਾ ਭੈਣ, ਆਪਕੀ ਕੀ ਗਵਾਹੀ ਹੈ? ਮੇਰੇ ਗਵਾਹੀ ਸ਼ੂਗਰ ਸੀ ਮੈਨੂੰ ਤੇ ਹੱਥਾਂ ਤੇ ਜਲ ਹੁੰਦੀ ਸੀ, ਪੈਰ ਸੜਦੇ ਸੀ, ਸੀਨਾ ਜਲਦਾ ਤੇ ਪਿਛਲੇ ਬੁੱਧ ਆਈ ਹੈ ਤੇ ਮੈਨੂੰ ਪਸਲੀਆਂ ਦਰਦ ਹੁੰਦੀਆਂ, ਬੈਠਾ ਵੀ ਨਹੀਂ ਸੀ ਜਾਂਦਾ ਤੇ ਖੜੀ ਹੋਈ ਸਭ ਬੜੀ, ਮੇਰੇ ਤੋਂ ਖੜਾ ਵੀ ਨਹੀਂ ਸੀ ਹੋਇਆ ਜਾਂਦਾ ਤੇ ਮੈਂ ਦਵਾ ਜਦੋਂ ਉਹਨਾਂ ਨੂੰ ਫਜਲ ਨੇ ਕਹੀ ਹੈ ਨਾ ਤੇ ਮੈਨੂੰ ਸ਼ਫਾ ਮਿਲ ਗਈ, ਹਜੇ ਥੋੜ੍ਹੀ ਜਿਹੀ ਸ਼ੂਗਰ ਵੀ, ਦਵਾ ਕਰਨਾ ਮੇਰੀ ਸ਼ੂਗਰ ਵੀ ਜਾਤੀ। ਆਪਸੇ ਖੜਾ ਨਹੀਂ ਹੁਆ ਜਾਤਾ ਥਾ? ਹਾਂਜੀ। ਜਬ ਖੁਦਾ ਕੇ ਖਾਦਮ ਅਭੀ ਦੁਆ ਕਰ ਰਹੇ ਥੇ ਉਸੀ ਵਕਤ ਹੀ ਖੁਦਾ ਨੇ ਆਪਕੋ ਹੀਲ ਕੀਆ? ਸ਼ਫਾ ਦੀ ਉਸੀ ਵਕਤ ਹੀ ਆਪ ਉੱਠ ਖੜੀ ਹੋ ਗਈ? ਖੜੀ ਹੋ ਗਈ, ਮੇਰੇ ਤੋਂ ਖੜਾ ਨਹੀਂ ਸੀ ਜਾਂਦਾ, ਆ ਵੀ ਦਰਦ ਟੰਗਾਂ ਤੇ ਖੜਾ ਨਹੀਂ ਸੀ, ਖੜਾ ਨਹੀਂ ਸੀ ਹੋਇਆ ਜਾਂਦਾ ਤੇ ਮੈਂ ਸਿਰ ਮੈਂ ਤੱਕੇ ਨਾਲ ਖੜੀ ਹੀ ਰਹੀ ਹਾਂ ਤੇ ਬਦਲ ਨੇ ਦਵਾ ਕੇ ਅਨਵਰ ਫਜਲ ਨੇ ਤਾਂ ਸ਼ਫਾ ਮਿਲ ਗਈ। ਪ੍ਰੇਜ਼ ਦਾ ਲਾਰਡ। ਸ਼ਿਫਾ ਕਿਸਨੇ ਦੀ? ਯਸੂ ਨੇ। ਖੁਦਾਵੰਦ ਆਪਕੋ ਬਰਕਤ ਦੇ, ਗੋਡ ਬਲੈਸ ਯੂ। ਕਰਨਾ ਹੁਣੇ ਵੀ ਕੰਮ ਹੋ ਜੇ। ਹਮ ਦੁਆ ਕਰੇਂਗੇ ਕਿ ਆਪਕੀ ਸ਼ੂਗਰ ਵੀ ਜਾਤੀ ਰਹੇ, ਗੋਡ ਬਲੈਸ ਯੂ, ਖੁਦਾਵੰਦ ਆਪਕੇ ਸਾਥ ਹੋ। ਸਲਾਮ ਜੀ। ਸਲਾਮ ਜੀ, ਕਹਾਂ ਸੇ ਆਪ ਆਈ ਹੈ? ਸ਼ੇਖਪੁਰਾ ਸੇ ਆਈ ਹਾਂ। ਮੇਰੀ ਬੇਟੀ ਕੇ ਨਾ ਪੇਟ ਮੇ ਬਹੁਤ ਜ਼ਿਆਦਾ ਦਰਦ ਥੀ, ਮੈਂ ਡਾਕਟਰ ਕੇ ਪਾਸ ਲੈ ਕੇ ਗਈ ਤੇ ਉਹਨਾਂ ਨੂੰ ਬੋਲਾ ਕਿ ਇਸਕੇ ਨਾ ਅਲਟਰਾਸਾਊਂਡ ਕਰਵਾਈ ਤੇ ਉਹਨਾਂ ਨੂੰ ਬੋਲਾ ਕਿ ਇਸਕੇ ਪੇਟ ਮੇ ਨਾ ਪੈਂਡਸ ਕੀ ਦਰਦ ਹੈ, ਫੌਰਨ ਇਸਕਾ ਆਪਰੇਸ਼ਨ ਕਰਵਾ ਦੇ ਤਾਂ ਫਿਰ ਮੈਂ ਖੁਦਾ ਕੇ ਖਾਦਮੋ ਸੇ ਦੁਆ ਕਰਵਾਈ ਤੇ ਉਹ ਬਿਲਕੁਲ ਠੀਕ ਹੋ ਗਈ ਹੈ। ਪ੍ਰੇਜ਼ ਦਾ ਲਾਰਡ। ਆਪਨੇ ਖੁਦਾ ਕੇ ਖਾਦਮੋ ਸੇ ਦੁਆ ਕਰਾਈ, ਸ਼ਿਫਾ ਕਿਸਨੇ ਦੀ? ਮੇਰੇ ਯਸੂ ਨੇ। ਅਬ ਉਹ ਬਿਲਕੁਲ ਠੀਕ ਹੈ? ਹਾਂਜੀ ਬਿਲਕੁਲ ਠੀਕ। ਅਪੈਂਡਿਕਸ ਕੇ ਆਪਰੇਸ਼ਨ ਕੀ ਜ਼ਰੂਰਤ ਨਹੀਂ ਪੜੀ? ਨਹੀਂ। ਗੋਡ ਬਲੈਸ ਯੂ। ਸਲਾਮ ਸਿਸਟਰ ਜੀ। ਸਲਾਮ ਜੀ, ਕਹਾਂ ਸੇ ਆਪ ਆਈ ਹੈ? ਜੋਹਰ ਟੋਨ ਸੇ ਆਈ ਹੂੰ। ਕੀ ਨਾਮ ਹੈ ਆਪਕਾ? ਮੇਰਾ ਨਾਮ ਖਾਲਦਾ ਹੈ। ਖਾਲਦਾ, ਆਪਕੀ ਕੀ ਗਵਾਹੀ ਹੈ? ਮੇਰਾ ਭਾਈ 15-16 ਸਾਲ ਸੇ ਬਾਹਰ ਜਾਣਾ ਚਾਹਤਾ ਥਾ ਤੋ ਵੋ ਅਬ ਬਾਹਰ ਚਲਾ ਗਿਆ ਤੋ ਮੈਂ ਉਸਕੇ ਲੀਏ ਸ਼ੁਕਰ ਗੁਜ਼ਾਰੀ ਕਰਤੀ ਹੂੰ। ਇੱਧਰ ਸੇ ਮੈਂ ਦੁਆ ਕਰਵਾਤੀ ਥੀ ਔਰ ਦਰਖਾਸਤ ਲਿਖਵਾਤੀ ਥੀ ਤੋ ਖੁਦਾਵੰਦ ਨੇ ਉਸਕੀ ਮਹਾਮਾਰੀ ਦੁਆ ਕੋ ਸੁਣਾ। 15 ਸਾਲ ਸੇ ਆਪਕੀ ਖਵਾਇਸ਼ ਥੀ ਕਿ ਆਪਕਾ ਭਾਈ ਜੋ ਹੈ ਵੋ ਬਾਹਰ ਜਾਏ ਤੋ ਜਬ ਆਪਨੇ ਦੁਆ ਕਰਾਈ ਤੋ ਕਿਸਨੇ ਉਸਕੇ ਲੀਏ ਦਰਵਾਜ਼ੋ ਕੋ ਖੋਲਾ? ਯਸੂ ਮਸੀਹ ਨੇ। ਕੌਨ ਸੇ ਮੁਲਕ ਆਪਕੇ ਭਾਈ ਕੋ ਖੁਦਾ ਨੇ ਵੀਜ਼ਾ ਦੀਆ? ਵੋ ਕੈਨੇਡਾ ਮੇ ਗਏ। ਕੈਨੇਡਾ ਜਾਣਾ ਚਾਹਤੇ ਥਾ ਆਪਕਾ ਭਾਈ, ਲੇਕਿਨ ਜਬ ਉਸਕੇ ਲੀਏ ਦੁਆ ਹੋਈ ਤੋ ਕਿਸਨੇ ਉਸਕੇ ਲੀਏ ਦਰਵਾਜ਼ੋ ਕੋ ਖੋਲਾ? ਯਸੂ ਮਸੀਹ ਨੇ ਖੋਲਾ। ਗੋਡ ਬਲੈਸ ਯੂ। ਖੁਦਾ ਅਮਦਾਬ ਕੇ ਸਾਥ ਹੋ। ਮਾਈ ਤਰਫ ਸੇ ਮੁਬਾਰਕ ਹੋ ਆਪਕੋ।